ਇਹ ਆਕਾਸ਼ਵਾਣੀ ਜੰਮੂ ਹੈ। ਹੁਣ ਤੁਸੀਂ ਜਗਮੋਹਨ ਸ਼ਰਮਾ ਕੋਲ ਖਬਰਾਂ ਸੁਣੋ। ਸੰਸਦ ਦਾ ਬਜਟ ਵਾਲਾ ਇਜਲਾਸ ਅੱਜ ਥਮਾਂ ਸ਼ੁਰੂ ਹੋ ਗਿਆ। ਪਹਿਲੇ ਰੋਜ਼ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਹੋਰੇ ਸੰਸਦ ਦੇ ਦੋਨੇ ਸਦਨੇ ਕੀ ਸੰਬੋਧਿਤ ਕੀਤਾ। ਆਪਣੇ ਸੰਬੋਧਨਾਂ ਚ ਉਹਨੇ ਆਖਿਆ ਕਿ ਭਾਰਤ ਨੇ ਮਹਾਂਮਾਰੀ ਤੇ ਕੁਦਰਤੀ ਕਰੋਪੀਆਂ ਦਾ ਮੁਕਾਬਲਾ ਕਰਦੇ ਹੋਏ ਮਨੁੱਖ ਮਾਤਰ ਦੀ ਸੇਵਾ ਵੀ ਕੀਤੀ ਹੈ ਤੇ ਨਾ ਛੜਾ ਆਪਣੇ ਲੋਕਾਂ ਸਗੋਂ ਹੋਰਨੇ ਮੁਲਕਾਂ ਦੀ ਮਦਦ ਲਈ ਵੀ ਭਾਰਤ ਸਦਾ ਤਿਆਰ ਰਿਹਾ ਹੈ। ਉਹਨੇ ਆਖਿਆ ਕਿ ਕੋਵਿਡ-19 ਮਹਾਂਮਾਰੀ ਦੇ ਚਲਦੇ ਭਾਰਤ ਨੇ ਜਿਹੜੇ ਸਮੇਂ ਸਿਰ ਫੈਸਲੇ ਲੈਤੇ ਨੇ ਉਹਦੇ ਨੇ ਲੱਖਾਂ ਕੀਮਤੀ ਜਾਨਾਂ ਬਚਾਈ ਜਾ ਸਕੀਆਂ ਨੇ। ਬੋਲਣ ਦੀ ਆਜ਼ਾਦੀ ਦੇ ਅਧਿਕਾਰ ਬਾਰੇ ਰਾਸ਼ਟਰਪਤੀ ਹੋਰੇ ਆਖਿਆ ਜੇ ਸੰਵਿਧਾਨ ਨੇ ਅਸੀਂ ਅਭਿਵਿਅਕਤੀ ਦੀ ਆਜ਼ਾਦੀ ਦਿੱਤੀ ਦੀ ਹੈ ਤੇ ਉਹ ਅਸੀਂ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਵੀ ਦਿੰਦਾ ਹੈ। ਬੀਟਿੰਗ ਰਿਟਰੀਟ ਸਮਾਰੋਹ ਅੱਜ ਨਵੀਂ ਦਿੱਲੀ ਦੇ ਇਤਿਹਾਸਿਕ ਵਿਜੇ ਚੌਕ ਚ ਲਵਾਇਆ ਜਾਗ। ਇਹਦੇ ਕੰਨੇ ਗਏ 4 ਦਿਨੇ ਤੋੜੀ ਚੱਲਣ ਵਾਲਾ ਗਣਤੰਤਰ ਦਿਵਸ ਸਮਾਰੋਹ ਸੰਪੰਨ ਹੋਈ ਜਾਗ। ਰਕਸ਼ਾ ਮੰਤਰਾਲੇ ਦਾ ਆਖਣਾ ਹੈ ਜੇ ਇਸ ਵਰ੍ਹੇ ਦੇ ਸਮਾਰੋਹ ਚ ਭਾਰਤੀ ਧੁਨ ਮੁੱਖ ਆਕਰਸ਼ਣ ਹੋਊ ਤੇ ਕਾਰਜਕ੍ਰਮ ਦਾ ਸਮਾਪਨ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਕੰਨੇ ਹੋਗ। ਜੰਮੂ ਕਸ਼ਮੀਰ ਸਰਕਾਰ ਨੇ ਸ਼ੈਕਸ਼ਣਿਕ ਗਤੀਵਿਧੀਆਂ ਲਈ ਉੱਚ ਸਿੱਖਿਆ ਇਦਾਰੇ ਦੀ ਭਰਤੀ ਖੋਲ੍ਹਣੇ ਦੇ ਸਬੰਧਾਂ 'ਚ ਕਈ ਸਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਜੰਮੂ ਡਿਵੀਜ਼ਨ ਦੇ ਸੋਏ ਵਾਲੇ ਜ਼ੋਨ ਹੇਠ ਆਉਣ ਵਾਲੇ ਉੱਚ ਸਿੱਖਿਆ ਇਦਾਰੇ ਆਉਂਦੀ 1 ਫਰਵਰੀ ਥਮਾਂ ਖੁੱਲ੍ਹਾ ਕਰਦੇ ਨੇ, ਜਿਸਲੇ ਕਿ ਕਸ਼ਮੀਰ ਡਿਵੀਜ਼ਨ ਦੇ ਸੱਭਿਆ ਇਦਾਰੇ ਅਤੇ ਜੰਮੂ ਡਿਵੀਜ਼ਨ ਦੇ ਸਿਆਲੇ ਵਾਲੇ ਜ਼ੋਨ ਹੇਠ ਪਾਉਣ ਵਾਲੇ ਉੱਚ ਸਿੱਖਿਆ ਇਦਾਰੇ ਆਉਂਦੀ 15 ਫਰਵਰੀ ਥਮਾਂ ਭਰਤੀ ਖੋਲ੍ਹੀ ਦਿੱਤੇ ਜਾਂਗਨ। ਉੱਚ ਸਿੱਖਿਆ ਮਹਿਕਮੇ ਆਸਿਆ ਕੱਲ੍ਹ ਇਸ ਸਬੰਧੇ ਜਾਰੀ ਕੀਤੇ ਗਏ ਦੇ ਹੁਕਮਾਂ ਮੁਜਬ ਸਭਨੇ ਇਦਾਰੇ ਅਮਲੇ ਅਤੇ ਵਿਦਿਆਰਥੀਆਂ ਦੀ ਗੁਜ਼ਾਰਿਸ਼ ਕੀਤੀ ਗਈ ਹੈ ਕਿ ਉਹ ਸਭਨੇ ਮਾਨਕ ਸੰਚਾਲਨ ਵਾਲੀਆਂ ਪ੍ਰਕਿਰਿਆਵਾਂ ਦੀ ਪਾਲਣਾ ਕਰਨ। ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਹੋਰੇ ਆਖਿਆ ਜੇ CBSE ਦੇ 10ਵੀਂ ਤੇ 12ਵੀਂ ਦੇ ਇਮਤਿਹਾਨ ਦੀ ਡੇਟ ਸ਼ੀਟ 2 ਫਰਵਰੀ ਕੀ ਘੋਸ਼ਿਤ ਕੀਤੀ ਜਾਗ। CBSE ਸਹੋਦਯ ਸਕੂਲ ਪਰਿਸਰਾਂ ਦੇ ਪ੍ਰਧਾਨੇ ਤੇ ਸਚਿਵੇ ਕੰਨੇ ਵੀਡੀਓ ਕਾਨਫਰੰਸਿੰਗ ਰਾਹੀਂ ਗੱਲ ਕਰਦੇ ਹੋਏ ਪੋਖਰੀਆਲ ਹੋਰੇ ਆਖਿਆ ਜੇ ਕੰਪਿਊਟਰੀਕ੍ਰਿਤ ਐਫੀਲੀਏਸ਼ਨ ਵਾਲਾ ਸਰਿਸ਼ਤਾ ਸਕੂਲਾਂ ਆਸਿਆ ਦਿੱਤੀ ਗਈ ਦੀ ਜਾਣਕਾਰੀ ਤੇ ਡੇਟਾ ਉੱਪਰ ਆਧਾਰਿਤ ਹੋਗ। ਸਰਕਾਰ ਆਖਿਆ ਜੇ ਭਾਰਤ ਦੁਨੀਆਂ 'ਚ ਕੋਵਿਡ-19 ਟੀਕਾਕਰਨ ਕਾਰਜਕ੍ਰਮ ਕੀ ਸਭਨੇ ਸ਼ਾ ਤੇਜ਼ ਗਤੀ ਕਰਨੇ ਚਲਾਉਣ ਵਾਲਾ ਮੁਲਕ ਬਣੀ ਗਿਆ ਹੈ ਤੇ ਟੀਕਾਕਰਨ ਅਭਿਆਨ ਸ਼ੁਰੂ ਹੋਣ ਦੇ 6 ਦਿਨ ਦੇ ਅੰਦਰ ਗਏ 10 ਲੱਖ ਲੋਕਾਂ ਕੀ ਇਹ ਟੀਕਾ ਲਾਈ ਦਿੱਤਾ ਗਿਆ ਹਾ। ਕੇਂਦਰੀ ਸਿਹਤ ਸਚਿਵ ਰਾਜੇਸ਼ ਭੂਸ਼ਣ ਹੋਰੇ ਆਖਿਆ ਜੇ ਅਮਰੀਕਾ ਨੇ ਇਹ ਅੰਕੜਾ 10 ਦਿਨੇ 'ਚ, ਸਪੇਨ ਨੇ 12 ਦਿਨੇ 'ਚ, ਇਜ਼ਰਾਇਲ ਨੇ 14 ਦਿਨੇ 'ਚ, ਬਰਤਾਨੀਆ ਨੇ 18 ਦਿਨੇ 'ਚ, ਇਟਲੀ ਨੇ 19 ਤੇ ਜਰਮਨੀ ਨੇ 20 ਦਿਨੇ 'ਚ ਹਾਸਿਲ ਕੀਤਾ, ਜਿਸਲੇ ਕਿ 10 ਲੱਖ ਲੋਕਾਂ ਕੀ ਟੀਕਾ ਲਾਉਣ ਦਾ ਇਹ ਅੰਕੜਾ ਭਾਰਤ ਨੇ ਛੜੇ 6 ਦਿਨੇ 'ਚ ਗਏ ਹਾਸਿਲ ਕਰ ਲਿਆ। ਇਸ ਬਰੇ 20 ਜਨਵਰੀ ਕੋਲ ਲਈਏ ਹੁਣੇ ਤੱਕ ਭਾਰਤ ਨੇ ਆਪਣੇ ਗੁਆਂਢੀ ਮੁਲਕਾਂ ਕੀ ਕੋਰੋਨਾ ਸਵਾਂ ਬਚਾਅ ਲਈ ਦਵਾਈ ਦੀਆਂ 55 ਲੱਖ ਕੋਲਾਂ ਮਤੀਆਂ ਖੁਰਾਕਾਂ ਉਪਲਬਧ ਕਰਵਾਈ ਦਿੱਤੀਆਂ ਨੇ ਅਤੇ ਉਹ ਵੀ ਇੱਕ ਤੋਹਫੇ ਦੇ ਤੌਰਾਂ ਪਰ। ਇਹਦੇ 4.5 ਲੱਖ ਭੂਟਾਨ ਕੀ, 1 ਲੱਖ ਮਾਲਦੀਵਸ ਕੀ, 10 ਲੱਖ ਨੇਪਾਲ ਕੀ, 20 ਲੱਖ ਬੰਗਲਾਦੇਸ਼, 15 ਲੱਖ ਮਿਆਂਮਾਰ, 1 ਲੱਖ ਮੌਰੀਸ਼ੀਅਸ, 50,000 ਸੈਸ਼ਲਸ, 5 ਲੱਖ ਸ਼੍ਰੀਲੰਕਾ ਅਤੇ 1 ਲੱਖ ਬਹਿਰੀਨ ਕੀ ਉਪਲਬਧ ਕਰਵਾਏ ਗਏ ਨੇ। ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਅਨੁਰਾਗ ਸ਼੍ਰੀਵਾਸਤਵ ਨੇ ਆਖਿਆ ਜੇ ਆਉਂਦੇ ਕਿਛ ਦਿਨੇ 'ਚ ਭਾਰਤ ਦਾ ਓਮਾਨ, ਨਿਕਾਰਾਗੁਆ ਅਤੇ ਪ੍ਰਸ਼ਾਂਤ ਟਾਪੂ ਮੁਲਕਾਂ ਕੀ ਵੀ ਕੋਵਿਡ-19 ਸਵਾਂ ਬਚਾਅ ਲਈ ਟੀਕੇ ਉਪਲਬਧ ਕਰਵਾਉਣ ਦਾ ਕਾਰਜਕ੍ਰਮ ਹੈ। ਮੁਲਕਾਂ 'ਚ ਕੋਰੋਨਾ ਕਸਰੀਆਂ ਦੇ ਨਰੋਏ ਹੋਣ ਦੀ ਦਰ ਹੋਰ ਬਿਹਤਰ ਹੋਈਏ 96.94% ਹੋਈ ਗਈ ਹੈ ਅਤੇ ਪਿਛਲੇ 24 ਘੰਟੇ ਦੌਰਾਨ 14,000 ਕੋਲੋਂ ਮਤੇ ਕੋਰੋਨਾ ਕਸਰੀ ਨਰੋਏ ਹੋਏ ਨੇ। ਸਿਹਤ ਮੰਤਰਾਲੇ ਦਾ ਆਖਣਾ ਹੈ ਜੇ ਮੁਲਕਾਂ 'ਚ ਅਜੇ ਤੋੜੀ 1,03,73,000 ਕੋਲੋਂ ਮਤੇ ਕੋਰੋਨਾ ਕਸਰੀ ਨਰੋਏ ਹੋ ਚੁੱਕੇ ਨੇ ਅਤੇ ਸਕ੍ਰਿਯ ਮਾਮਲਿਆਂ ਦੀ ਗਿਣਤੀ ਵੀ ਉਪਰੋਤਲੀ ਘੱਟ ਹੁੰਦੀ ਜਾ ਰਹੀ ਹੈ। ਜੰਮੂ ਕਸ਼ਮੀਰ ਦੇ ਨੌਜਵਾਨਾਂ ਕੀ ਮੁਲਕਾਂ ਦੇ ਵੱਖ ਵੱਖ ਹਿੱਸਿਆਂ 'ਚ ਵੱਡੀ ਬਹੁਰਾਸ਼ਟਰੀ ਕੰਪਨੀਆਂ ਅਤੇ ਉਦਯੋਗਾਂ 'ਚ ਕੰਮ ਰੋਜ਼ਗਾਰ ਦਵਾਉਣੇ ਅਤੇ ਉਦਯੋਗਿਕ ਭਿਆਲਗੀ ਯਕੀਨੀ ਬਣਾਉਣ ਲਈ ਹਿਮਾਇਤ ਮਿਸ਼ਨ ਪ੍ਰਬੰਧ ਇਕਾਈ ਨੇ ਕੱਲ੍ਹ ਪੰਚਾਇਤ ਭਵਨ ਜੰਮੂ 'ਚ ਲਵਾਏ ਗਏ ਦੇ ਕਾਰਜਕ੍ਰਮ ਦੌਰਾਨ ਵੱਖ ਵੱਖ ਕੰਪਨੀਆਂ ਕੰਨੇ 3 ਸਹਿਮਤੀ ਪੱਤਰਾਂ ਉੱਪਰ ਦਸਤਖਤ ਕੀਤੇ ਨੇ। ਗ੍ਰਾਮੀਣ ਵਿਕਾਸ ਮਹਿਕਮੇ ਦੀਆਂ ਸਚਿਵ ਸ਼ੀਤਲ ਨੰਦਾ ਹੋਏ ਆਖਿਆ ਜੇ ਇਹਨਾਂ ਸਹਿਮਤੀ ਪੱਤਰਾਂ ਉੱਪਰ ਦਸਤਖਤ ਕਰਨ ਦਾ ਮਕਸਦ ਜੰਮੂ ਕਸ਼ਮੀਰ ਦੇ ਨੌਜਵਾਨਾਂ ਕੀ ਕੰਮ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਉਣਾ ਗਿਆ। ਉਹਨੇ ਆਖਿਆ ਜੇ ਇਹਨੇ ਕੰਪਨੀ ਵਾਅਦਾ ਕੀਤਾ ਹੈ ਜੇ ਉਹ ਹਿਮਾਇਤ ਤਹਿਤ ਸਿਖਲਾਈ ਹਾਸਲ ਕਰ ਚੁੱਕੇ ਦੇ 30,000 ਨੌਜਵਾਨਾਂ ਕੀ ਰੋਜ਼ਗਾਰ ਦਵਾਂਗਨ। ਇੱਕ ਮਹੱਤਵਪੂਰਨ ਅਤੇ ਵੱਡੀ ਕਾਰਵਾਈ ਤਹਿਤ ਜੰਮੂ ਕਸ਼ਮੀਰ ਸਰਕਾਰ ਹੈ ਦਸਤਕਾਰੀ ਅਤੇ ਹੱਥ ਖੱਡੀ ਵਿਭਾਗ ਦੇ ਵੱਖ ਵੱਖ ਸਿਖਲਾਈ ਕੇਂਦਰਾਂ 'ਚ ਟ੍ਰੇਨਿੰਗ ਲੈ ਕਰਦੇ ਸਖੇਤਰੂਆਂ ਕੀ ਦਿੱਤੇ ਜਾਣ ਵਾਲੇ ਸਟਾਈਪੈਂਡ ਦੀ ਦਰ 'ਚ ਵਾਧਾ ਕੀਤਾ ਗਿਆ। ਇਹਦੇ ਮੁਤਾਬਕ ਦਸਤਕਾਰੀ 'ਚ ਮੁੱਢਲੀ ਸਤਹ ਦੀ ਸਿਖਲਾਈ ਹਾਸਲ ਕਰਦੇ ਸਖੇਤਰੂਆਂ ਕੀ ਦਿੱਤੇ ਜਾਣ ਵਾਲਾ ਸਟਾਈਪੈਂਡ 500 ਰੁਪਏ ਮਹੀਨੇ ਕੋਲ ਵਧਾਈਏ 1,000 ਰੁਪਇਆ ਕਰ ਦਿੱਤਾ ਗਿਆ, ਜਿਸਲੇ ਕਿ ਅਗੇਤਰੀ ਸਿਖਲਾਈ ਕੋਰਸ ਕਰਨ ਵਾਲੇ ਕੀ ਹੁਣ 700 ਰੁਪਏ ਦੀ ਥਾਂ 1,500 ਰੁਪਏ ਮਹੀਨਾ ਦਿੱਤਾ ਜਾਗ। ਇਸੇ 40 ਹੱਥ ਖੱਡੀ ਦੇ ਖੇਤਰ 'ਚ ਸੀਤੇ ਸਤਾਏ ਕੱਪੜੇ ਅਤੇ ਬੁਣਾਈ ਸੰਬੰਧੀ ਕੋਰਸ ਕਰਾਰਦੇ ਸਖੇਤਰੂਆਂ ਕੀ ਵੀ ਹੁਣ 500 ਰੁਪਏ ਦੇ ਬਜਾਏ 1,000 ਰੁਪਇਆ ਮਹੀਨਾ ਦਿੱਤਾ ਜਾਗ।
ਮੁੱਖ ਸਕੱਤਰ ਬੀ ਵੀ ਆਰ ਸੁਬਰਮਨਿਅਮ ਹੋਰੇ ਰਾਸ਼ਟਰੀ ਜਰਨੈਲੀ ਸੜਕ ਐਨ ਐਚ 44 ਦੇ ਵੱਖ ਵੱਖ ਹਿੱਸੇ ਪਰ ਭਾਰਤੀ ਰਾਸ਼ਟਰੀ ਰਾਜਮਾਰਗ ਪ੍ਰਾਧੀਕਰਨ ਐਨ ਐਚ ਏ ਆਈ ਆਸਿਆ ਤੋੜ ਚਾੜੇ ਜਾ ਕਰਦੇ ਕੰਮੇ ਦੀ ਰਫ਼ਤਾਰ ਅਤੇ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਸੱਦੀ, ਜਿਸ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਜਰਨੈਲੀ ਸੜਕਾਂ ਦੇ ਤਰੋਂ ਹਿੱਸੇ ਉਧਮਪੁਰ ਰਾਮਬਨ, ਰਾਮਬਨ ਬਨਾਲ ਅਤੇ ਬਨਾਲ ਕਾਜ਼ੀਕੁੰਡ ਉੱਪਰ ਸੜਕਾਂ ਕੀ ਚਾੜਾ ਕਰਨੇ ਅਤੇ ਡਬਲ ਟਿਊਬ ਨਵਯੁਗ ਸੁਰੰਗ ਦਾ ਕੰਮ ਯੁੱਧ ਸਤਰ ਉੱਪਰ ਜਾਰੀ ਹੈ ਅਤੇ ਇਹ ਕੰਮ ਪੂਰੀ ਚਾਲੀ ਵਿਵਸਥਾ ਵਾਲੇ ਢੰਗ ਨਾਲ ਚਲਾ ਕਰਦਾ ਗਿਆ। ਉਧਮਪੁਰ ਰਾਮਬਨ ਵਾਲੇ ਹਿੱਸੇ ਬਾਰੇ ਜਾਣਕਾਰੀ ਦਿੱਤੀ ਗਈ ਜੇ ਇਸ ਪਰਿਯੋਜਨਾ ਪਰ 70% ਕੰਮ ਮੁਕੰਮਲ ਹੋ ਚੁੱਕੇ ਦਾ ਅਤੇ ਬਾਕੀ ਰੋਂਦਾ ਕੰਮ ਖੁਸ਼ਬਾ ਇਸ ਬਾਰੇ ਸਤੰਬਰ ਮਹੀਨੇ ਤੱਕ ਮੁਕੰਮਲ ਹੋ ਜਾਵੇਗਾ। ਇਸੇ ਚਾਲੀ ਬਨਾਲ ਕੀ ਸਿੱਧੇ ਕਾਜ਼ੀਕੁੰਡ ਕੰਨੇ ਮਿਲਾਣੇ ਵਾਲੀ 8.4 ਕਿਲੋਮੀਟਰ ਲੰਮੀ ਨਵਯੁਗ ਸੁਰੰਗ ਦਾ ਕੰਮ ਵੀ ਮੁਕੰਮਲ ਹੋਣ ਦੇ ਕੋਲ ਕਾਲ ਹੈ ਅਤੇ ਉਮੀਦ ਹੈ ਜੇ ਆਉਂਦੇ ਮਾਰਚ ਮਹੀਨੇ ਦੌਰਾਨ ਇਹਦਾ ਉਦਘਾਟਨ ਵੀ ਕਰ ਦਿੱਤਾ ਜਾਵੇਗਾ। ਇਹਦੇ ਕੰਨੇ ਗਏ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਇਆ।